ਲਾ ਕੇ ਲੈ ਜਾਂਦੀ ਆ। ਬੋਲਿਆ ਨਾ ਕਰੋ, ਜੇ ਹਿੰਮਤ ਹੁੰਦੀ ਆ ਨਾ ਬੋਲਣ ਨਾਲ, ਤੁਸੀਂ ਜਿਵੇਂ ਦੇਖਦੇ ਹੋਵੋਗੇ। ਚਲੋ 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 ਚਲੋ, ਨਹੀਂ ਨਹੀਂ ਨਹੀਂ, ਡਾਕ ਹੀ ਲੈ ਜਾਂਦੀ ਆ। ਅੱਜ ਨਵੀਂ ਉਹ ਆ ਨਾ, ਨਵੀਂ ਕਾਠੀ ਆ। ਹਾਂ ਕੱਲ੍ਹ ਆਈ ਆ, ਮੈਨੂੰ ਤਾਂ ਬਹੁਤ ਡਰ ਲੱਗਦਾ, ਮੈਂ ਤਾਂ ਆਪ ਮੈਂ ਤਾਂ ਹੁਣ ਨੀਚੇ ਗਿਰ ਜਾਂਦੀ। ਹਾਏ ਹਾਏ, ਬਸ ਬਸ ਜੋਰ ਸਭ ਆਏ ਹੈ। ਹੁਣ ਭੱਜੂ ਪਾਈ ਘੋੜੀ, ਚੱਲ ਭਜਾ ਦੇ। ਬਹਿ ਜਾ, ਉਹ ਤਾਂ ਭੱਜ ਲਈ ਯਾਰ ਘੋੜੀ ਤਾਂ। ਆ ਭਾਈ ਦੇਖਦਾ ਕਿਵੇਂ ਦੇਖਦਾ। ਹਾਂ ਹੱਸਦਾ ਕਰਨ ਵਾਲਾ ਯਾਰ ਮੈਨੂੰ ਇੱਕ ਗੱਲ ਮੈਂ ਬੜੀ ਦੇਖੀ ਆ ਹਨਾ, ਜਦੋਂ ਮੈਂ ਕੋਈ ਵੀਡੀਓ ਪਾ ਦਿੰਦਾ ਵੀ ਆਹ ਜਿਹੜਾ ਮੂਵ ਆ ਇਹ ਸਾਰੇ ਪਾਰਟ ਦੇ ਵਿੱਚ 1% ਲੋਕ ਕਰ ਪਾਉਂਦੇ ਨੇ, ਜਾਂ ਫਿਰ ਜਿਹੜਾ ਮੂਵ ਆ ਪੰਜਾਬ ਦੇ ਵਿੱਚ ਮੈਂ ਫਸਟ ਹਾਂ ਜਿਹੜਾ ਕਰ ਪਾਉਂਦਾ ਹੈਗਾ ਨਾ,
ਉਦੋਂ ਵਿੱਚ ਲੋਕ ਨਾ ਕਮੈਂਟ ਕਰਨਗੇ ਤੇ ਕਮੈਂਟਾਂ 'ਚ ਕਹਿਣਗੇ ਬਾਈ ਲੋਕ ਪਰੇ ਤੋਂ ਪਰੇ ਪਏ ਨੇ, ਆਦਗੜ ਤਾਂ ਤੂੰ ਬਾਹਲੀ ਵੱਡੀ ਕਹਿ ਗਿਆ ਬਾਈ, ਬਣ ਕੇ ਬੋਲਿਆ ਨਾ ਕਰੋ। ਜੇ ਹਿੰਮਤ ਹੁੰਦੀ ਆ ਨਾ ਬੋਲਣ ਨਾਲ, ਤੁਸੀਂ ਜਿਵੇਂ ਦੇਖਦੇ ਹੋਵੋਗੇ ਮੈਂ ਅੱਜ ਤੱਕ ਕੁਛ ਵੀ ਕਰਦਾ, ਮੈਂ ਬੋਲਣ 'ਚ ਕਦੇ ਯਕੀਨ ਨਹੀਂ ਕਰਦਾ, ਮੈਂ ਕਰਕੇ ਦਿਖਾਉਣ 'ਚ ਯਕੀਨ ਮੰਨਦਾ। ਇਸ ਕਰਕੇ ਤੁਹਾਨੂੰ ਵੀ ਬੇਨਤੀ ਹੁੰਦੀ ਆ ਵੀ ਬੋਲਿਆ ਨਾ ਕਰੋ। ਵਿੱਚ ਕਹਿਣਗੇ ਬਾਈ ਇਹ ਤਾਂ ਅਸੀਂ ਬਹੁਤ 20 ਸਾਲ ਪਹਿਲਾਂ ਕਰਦੇ ਹੁੰਦੇ ਸੀ, ਭਾਈ ਉਦੋਂ ਕਰਦਾ ਰਿਹਾ, ਮੈਂ ਤਾਂ ਛੋਟਾ ਹੁੰਦਾ ਕਰਦਾ ਰਿਹਾ, ਕੀ ਫਾਇਦਾ ਉਹਦਾ ਬੋਲਣ ਦਾ। ਜਾਂ ਤਾਂ ਉੱਥੇ ਆਪਦੀ ਵੀਡੀਓ ਪਾ ਦਿਆ ਕਰੋ, ਉੱਥੇ ਆਪਸ਼ਨ ਹੁੰਦਾ ਨਾ ਵੀਡੀਓ ਪਾਉਣ ਦਾ, ਵੀਡੀਓ ਪਾ ਦਿਆ ਕਰੋ। ਅਤੇ ਲੋ ਜਿਹੜਾ ਅੱਜ ਮੈਂ ਤੁਹਾਨੂੰ ਮੂਵ ਦਿਖਾਉਣਾ ਹੈਗਾ, ਇਹ ਮੂਵ ਵੀ ਰੱਸੇ ਬਹੁਤ ਚੜ੍ਹਦੇ ਤੁਸੀਂ ਦੇਖੇ ਹੋਣਗੇ, ਬਹੁਤ ਲੋਕ ਚੜ੍ਹਦੇ ਨੇ ਕੋਈ ਕਿਵੇਂ ਕੋਈ ਕਿਵੇਂ, ਪਰ ਜਿਹੜਾ ਆਹ ਰੱਸਾ ਚੜ੍ਹਨ ਦਾ ਤਰੀਕਾ ਹੈਗਾ ਇਹ ਕੋਈ ਵੀ ਚੜ੍ਹ ਸਕਦਾ। ਗੌਰ ਕਰਿਓ ਵੀ ਜਿਹੜੇ ਬੋਲਣ ਵਾਲੇ ਹੁੰਦੇ ਆ ਇੱਕ ਵਾਰੀ ਇੱਥੇ ਆਓ। ਹਾਂ ਸਹੀ ਗੱਲ ਆ, ਜਾਂ ਫਿਰ ਇੱਥੇ ਆ ਜਾਇਆ ਕਰਿਓ, ਬੋਲ ਕੇ ਨਾ ਦਿਖਾਓ ਇੱਥੇ ਆਓ, ਫੇਰ ਗੱਲ ਕਰਿਓ, ਫੇਰ ਜਿੰਨਾ ਮਰਜ਼ੀ ਬੋਲ ਕੇ ਤੁਹਾਨੂੰ ਕੋਈ ਉਹ ਨਹੀਂ। ਕਰ ਲਓ ਭਾਈ ਚੈੱਕ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਚਲੋ 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 ਨਹੀਂ 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 ਚਲੋ ਵੈਰੀ ਗੁੱਡ। ਥੱਲੇ ਵੀ ਉਤਰਨਾ, ਥੱਲੇ ਉਤਰਨਾ ਦਾ ਬੜਾ ਉਹ ਨਹੀਂ ਹੈਗਾ ਬਾਈ, ਦੋ ਝੜਕੇ ਤਾਂ ਹੋਰ ਮਾਰ ਦੇਣੇ ਸੀ ਸੁੱਖ। ਮੈਂ ਉਹਦੀ ਚੀਜ਼ ਕਰੂੰਗਾ, ਉਸ ਤੋਂ ਬਣਾਣੀ ਮੈਂ ਨਹੀਂ, ਇਹ ਤੁਸੀਂ ਹੁਣ ਰੋਜ਼ ਹੀ ਕਰਨ ਲੱਗ ਗਏ। ਕਦਾ ਮੈਂ ਕਰ ਲੂੰਗਾ ਕੋਈ ਚੱਕਰ ਨਹੀਂ, ਪਰ ਇੰਜਰੀ ਦੇਖ ਲਾ ਤੂੰ ਕਿੰਨਾ ਟਾਈਮ ਮੈਨੂੰ ਪਿੱਛੇ ਮਾਰੂ ਚੱਕ ਕੇ। ਇਹ ਸਤਵਿੰਦਰਾ ਇਹ ਨਾ ਰੋਜ਼ ਹੀ ਬਹਾਨੇ ਜੇ ਮਾਰਨ ਲੱਗ ਗਏ ਹੁਣ। ਸੁਖੀ ਨਹੀਂ ਰੱਬ ਦੀ ਮਿਹਰ ਵੀ ਆ, ਪਰ ਸੁਖੀ ਮੈਂ ਕੋਈ ਵੀ ਚੀਜ਼ ਆ ਮੈਂ ਉਹਨੂੰ ਜੇ ਮੈਨੂੰ ਕੋਈ ਚੀਜ਼ ਸੌਖੀ ਲੱਗਦੀ ਹੈ ਨਾ, ਮੈਂ ਉਹਨੂੰ ਐਂ ਨਹੀਂ ਮੈਂ 50-60-90% ਤੋਂ ਸ਼ੁਰੂ ਕਰ ਦੂੰ, ਮੈਂ ਉਹਨੂੰ 0 ਤੋਂ ਸ਼ੁਰੂ ਕਰੂੰਗਾ। ਅਤੇ ਜੇ ਕਿਸੇ ਚੀਜ਼ ਲਈ ਮੇਰਾ ਮਨ ਨਹੀਂ ਮੰਨ ਰਿਹਾ ਮੈਂ ਉਹ ਕਦੇ ਵੀ ਨਹੀਂ ਕਰਦਾ। ਹਾਂ ਜੇ ਮੇਰਾ ਮਨ ਮਾੜਾ ਜਿਹਾ ਵੀ ਹੈਗਾ ਵੀ ਮੈਨੂੰ ਮਾੜਾ ਮੋਟਾ ਚਲੋ ਦੇਖ ਲੈਣ ਟਰਾਈ ਕਰ, ਉਹਨੂੰ ਜ਼ਰੂਰ ਕਰਦਾ, ਬਸ ਇਹੀ ਚੀਜ਼ ਕਰਕੇ ਵਾਹਿਗੁਰੂ ਦੀ ਕਿਰਪਾ ਮੇਰੇ 'ਤੇ ਬਚਾ ਕੇ ਰੱਖਿਆ ਵਾ। ਘੋੜੀ ਤੇ ਨਾ ਚੜੋ, ਆ ਲੈਣ ਦੋ ਨਾ ਚੜੋ, ਹਟੇ ਨੀ, ਘੋੜੀ ਨੇ ਵੀ ਬਥੇਰਾ ਰੋਕਿਆ, ਭੱਜੀ ਨਾ ਭੱਜੀ ਨਾ ਭੱਜੀ ਨਾ, ਹਾਂ ਹੋਸ਼ ਕੋਈ ਬੈਠੇ ਸੀ ਜਦੋਂ ਪੜਕਾ, ਨਾਲੇ ਘੋੜੀ ਨੇ ਵੀ ਨੀ ਸਿੱਟਿਆ, ਆਪ ਹੀ ਡਿੱਗ ਕੇ ਜਦੋਂ ਸਿੱਲੇ ਗਏ। ਬੈਕ ਫਲਿੱਪ ਚ ਵੀ ਗੁਰੀ ਫਲਿੱਪਾਂ ਚ ਵੀ ਐਂ ਹੁੰਦਾ ਹੈਗਾ, ਊਣੀ ਸੱਟ ਵੱਜਦੀ ਹੁੰਦੀ ਬੰਦੇ ਦੇ ਜੇ ਬੰਦਾ ਸਿੱਲੇ ਗਿਆ। ਫਿਰ ਕਹਿੰਦਾ ਚੱਲ ਦੱਸ, ਹੁਣ ਦੱਸੋ ਪਰ ਸਾਡੀ ਗੱਲ ਤਾਂ ਪੂਰੀ ਹੋ ਲੈਣ ਦੋ, ਐ ਕਰਦੇ ਨੇਗੇ। ਹੋ ਗਿਆ ਭਾਈ ਰੁੱਸ ਗਿਆ, ਰੁੱਸ ਗਿਆ, ਹਾਂ ਖੜ ਜਾ ਇੱਕ ਮਿੰਟ ਸੁਖੀ, ਕੋਈ ਹੋਰ ਕਰਦੇ ਹਾਂ ਮੂਵ। ਰੁੱਸ ਗਿਆ ਪਰ ਆਉਣਾ ਸਾਰੇ ਪਿੰਡ ਤੋਂ ਲੋਟ, ਫਿਰ ਆਉਣਾ ਨਹੀਂ, ਆਪਾਂ ਨੂੰ ਕਹਿਣਗੇ ਵੀ ਕੁਛ ਲੈ ਕੇ ਨਹੀਂ ਆਂਦਾ, ਸੁਖ ਨੂੰ ਕਹਿਣਗੇ ਪਤੰਦਰਾ ਤੂੰ ਤਾਂ ਕੜੈਲੀ ਗੱਡੀ ਰੱਖੀ, ਡੱਬੇ ਦਾ ਖੈਰ ਨਹੀਂ। ਮੈਂ ਸ਼ੂਟ ਕਰਨ ਲੱਗੀ, ਲੇਟ ਹੋ ਜਾਂਦੀ ਹਾਂ, ਚਲੋ ਕੋਈ ਨਾ, ਤੁਸੀਂ ਵੀਡੀਓ ਜ਼ਰੂਰ ਚੈੱਕ ਕਰਿਓ। ਚਲੋ ਬਾਈ, ਮੈਂ ਲੇਟ ਹੋ ਗਈ ਥੋੜ੍ਹੀ ਜਿਹੀ ਬਣਾਉਣ ਬੰਨੀ, ਵਾਹ ਵੀ ਵਾਹ ਵਾਹ ਵੀ ਵਾਹ, ਬਹੁਤ ਸੋਹਣਾ ਕੰਮ, ਮੈਂ ਲੇਟ ਹੋ ਜਾਂਦੀ ਹਾਂ ਥੋੜ੍ਹਾ ਜਿਹਾ ਬਣਾਉਣ ਬੰਨੀ, ਬਹੁਤ ਸੋਹਣਾ ਤੁਸੀਂ ਵੀਡੀਓ, ਵੈਰੀ ਗੁੱਡ, ਬਹੁਤ ਟਾਈਮ ਦੇ ਕਰੀ ਜਾਂਦੇ ਨੇ ਕੈਮਰਾ ਬਾਅਦ 'ਚ, ਹੁਣ ਕੀਤਾ ਬਹੁਤ ਸੋਹਣਾ, ਹੁਣ ਤਾਂ ਇੰਨਾ ਕੀ ਲਿਆ ਗਿਆ। ਪੈਰ ਚੱਕਣ ਲੱਗਿਆ, ਕੀ ਹੋ ਗਿਆ ਮੈਨੂੰ ਪਤਾ, ਤੇ ਕੱਲ ਵੀ ਹੋਇਆ ਸੀ ਆਪਦਾ ਪੈਰ ਹੀ ਵੱਜਿਆ, ਪਰਸੋਂ ਸੀਗਾ, ਮੈਂ ਕਹਿ ਮੈਂ ਕਿ ਲਾਲ ਜਿਹਾ ਕਿਹਨੂੰ ਪਿਆ ਸੀ, ਮੈਂ ਹੋਏ ਹੋਏ ਹੋਏ, ਮੈਂ ਕਿਹਾ ਵੀ ਲਾਲ ਜਿਹਾ ਪੈਰ ਹੋਇਆ ਪੈਦਾ, ਹੋਰ ਤੁਹਾਨੂੰ ਦੱਸਣਾ ਪਿਆ ਕੋਈ ਉਹ ਮਾਰ ਦਿੰਦੇ ਸਪਰੇ ਤੇ, ਉਹ ਯਾ ਤੂੰ ਇਹ ਕਹਿੰਦੀ ਤੂੰ ਤੁਹਾਨੂੰ ਇਕੱਲਿਆਂ ਨੂੰ ਫੱਟੜ ਨਹੀਂ ਕਰਦੀ, ਮੈਂ ਆਪ ਵੀ ਹੋ ਗਈ।
ਕੱਟੀ ਜਾਂਦੀ ਹੈ ਯਾਰ ਉਦਨੇ ਵੀ ਇਹ ਵੱਡੀ ਵਾਲੀ ਆ ਹਾਂ ਹਾਂ ਲੋਰ ਨਾਲ ਨਹੀਂ ਕੁਛ ਵੀ ਹੁੰਦਾ ਰਾਣੋ ਕਿੰਨਾ ਭੱਜੀ ਬਾਬਰ ਉੱਥੇ ਹੌਲੀ ਹੋ ਜਾਂਦੀ ਚਾਹੇ ਜਿੰਨੀ ਮਰਜ਼ੀ ਭੱਜੀ ਵੀ ਆ ਜਿਹਨੂੰ ਐਂ ਕਹਿੰਦਾ ਬੱਸ ਪੁੱਤ ਹੌਲੀ ਬਸ ਉੱਥੇ ਇਹਨੇ ਹੌਲੀ ਹੋ ਜਾਣਾ ਮਤਲਬ ਕਿ ਵੀ ਸਾਰਿਆਂ ਦੇ ਖਿਡਾਰੀ ਪਹਿਲਾਂ ਆਏ ਸੀ ਝਾਕ ਤਲਾ ਇੱਧਰ ਪਹਿਲਾਂ ਆਏ ਸੀਗਾ ਵੀ ਜਿਵੇਂ ਭਜਾਉਣੀ ਅੱਡੀ ਲਾ ਕੇ ਭਜਾਉਣੀ ਆ ਅੱਡੀ ਨਹੀਂ ਬਸ ਐਂ ਕਹਿੰਦੇ ਚੱਲ ਪੁੱਤ ਚੱਲ ਰਾਣੋ ਬਸ ਫਿਰ ਖਿੱਚ ਦਿੰਦੀ ਆ ਸਪੀਡ ਮਤਲਬ ਕਿ ਬੋਲੀ ਤੇ ਗਿੱਜ ਗਈ ਕਿਉਂਕਿ ਰੋਜ਼ ਆਉਣ ਨਾਲ ਉਹੀ ਬੋਲੀ ਬੋਲਣ ਨਾਲ ਬਸ ਉਵੇਂ ਗਿੱਜ ਗਈ ਦਰਾਸ ਅੰਦਰ ਪਹਿਲਾਂ ਆਪਾਂ ਅੱਡੀ ਲਾ ਕੇ ਨਹੀਂ ਸੀ ਭਜਾਉਂਦੇ ਹੁੰਦੇ ਅੱਡੀ ਲਾਉਣ ਦੀ ਲੋੜ ਨਹੀਂ ਐਂ ਕਹਿ ਦੀ ਚੱਲ ਰਾਣੋ ਉਦੋਂ ਉੱਡ ਲਓ ਦੇਖਦੇ ਆ ਕੀ ਬਣਦਾ ਹੈਗਾ ਰਾਣੋ ਸਾਡੀ ਬਹੁਤ ਸਿਆਣੀ ਚੱਲ ਭਾਈ ਸਾਡੀ ਰਾਣੋ ਚਲੋ ਬਈ ਦੇਖਦੇ ਆ ਕੀ ਕਰਦੀ ਹੈ ਵਾਹ ਵੀ ਵਾਹ ਚਾਲ ਸਾਡੀ ਰਾਣੋ ਦੀ ਦੇਖੋ ਕਿਆ ਬਾਤਾਂ ਕਿਆ ਬਾਤਾਂ ਇਹ ਆ ਗਈ ਮੈਦਾਨ 'ਚ ਰਾਣੋ ਵੀ ਥੋੜ੍ਹਾ ਜਿਹਾ ਮੈਦਾਨ 'ਚ ਰਾਣੋ ਘੱਟ ਉਹ ਕਰਦੀ ਹੋਈ ਸਾਰਿਆਂ ਘੋੜੀ 'ਤੇ ਸ਼ੂਟ ਅਤੇ ਚੌਲ ਸਾਹਿਬ ਚੜ੍ਹ ਕੇ ਛਾਲ ਮਾਰ ਕੇ ਅਤੇ ਦੇਖਦੇ ਹਾਂ ਕੀ ਬਣਦਾ ਕੈਮਰਾਮੈਨ ਬੈਠੇ ਨੇ ਡੱਬੇ ਦੇ ਉੱਪਰ ਸੁੱਖੇ ਨੂੰ ਇੱਥੇ ਭੱਜ ਰਾਣੋ ਕਹਿ ਕੇ ਦੇਖਿਓ ਦੇਖ ਹਾਂ ਲੱਗ ਗਈ ਰਾਣੋ ਕਿਤੇ ਢਲਦੀ ਆ ਢਲਦੀ ਆ ਰਾਣੋ ਕਿਤੇ ਓਏ ਰਾਣੋ ਸੁੱਕੀ ਫੜਤਾ ਮੈਂ ਲਊਗੀ ਚਲੋ ਠੀਕ ਆ ਰਾਣੋ ਫੇਰ ਮਿਲਦੇ ਆ ਮੈਨੂੰ ਲੱਗਦਾ ਭੱਜੂ ਰਾਣੋ ਬਾਹਲਾ ਭੱਜਦੀ ਆ ਭਾਈ ਬਾਹਲਾ ਜ਼ਿਆਦੇ ਭੱਜਦੀ ਖਤਮ ਹੀ ਕਰ ਦਿੰਦੀ ਆ ਕੰਮ ਨੂੰ ਵਾਹ ਬਈ ਵਾਹ ਕਿਉਂ ਕੱਢਦੀ ਆ ਨਾ ਗਰਦ ਤੇ ਦੇਖਦੇ ਹਾਂ ਇਹ ਤੋਂ ਬਾਅਦ ਕੀ ਬਣਦਾ ਗਾ